मलका गफा बानिया ने मजलस भाई इम्तियाज हुसैन सागर ने रिस्क और बख्त च इजाफा फरमाए पाक बीबी इस वेले नु ता क्यामत जिक्र हुसैन नाल मुनव्वर फरमाए भाई सागर ते मरहूम बाप दे दर्जात अल्लाह बुलंद फरमा या रब्बा मुहम्मद व आले मुहम्मद सल्ले अला मुहम्मद व आले मुहम्मद उची आवाज नाल सलावत मोहम्मद वाले मोहम्मद ब्रांतार सलावत फितरी तकाजा है बंदा थक जाता है ते महसूस ना करो मुस्तफा दी धी ने दुखे वहन तू मजलस की इब्तदा करदा पिया अपने आप नूं थोड़ा ना समझने अजे वाला जितने हो मेरे वास्ते काफी रोंदा होए जिसका कोई नुकसान होया होवे अस्सलातु वस्सलाम सैयद हुसैन ले गई दरबार बीबी राजी होवे बिस्मिल्लाह बिस्मिल्लाह सैन राजी होवे दे हक अपना मंगदे रही है दी शाम दे नजा बाजारा
ਛਲੈਂਦੀ ਇਸ ਲਾਕੇ ਲਿਓ ਮਾਲੇ ਗਵਾਏ ਰੋਵਣ ਵਾਲੀਆਂ ਗੱਲੇ ਮਾਂ ਦਰਿਆ ਹੱਥ ਪਾਸੇ ਤੇ ਇਵੇਂ ਦੁਨੀਆ ਤੋਂ ਟੁਰ ਗਈ ਹੈ ਦੀ ਸ਼ਾਮ ਤੇ ਨਜਾ ਮਾਂ ਵੀ ਦਰਬਾਰ ਚ ਗਈ ਹੈ ਦੀ ਵੀ ਦਰਬਾਰ ਚ ਗਈ ਹੈ ਮੈਂ ਮਹਿਸੂਸ ਕਰਦਾ ਵੀ ਕੁਛ ਲੋਕ ਥੱਕੇ ਬੈਠੇ ਬਾਜ਼ਾਰ ਥੱਕ ਗਏ ਨਾ ਥੱਕੀਆਂ ਜ਼ਹਰਾਂ ਦੀਆਂ ਦੀਆਂ ਕਿਆ ਬੰਦ ਜ਼ੰਜੀਰ ਥੱਕ ਗਏ ਨਾ ਥੱਕਿਆ ਹੁਸੈਨ ਦਾ ਰੱਬ ਰੋਵਣ ਵਾਲਾ ਬਿਮਾਰ ਯਮਨ ਦਾ ਇੱਕ ਤਾਜਰ ਸੈਯਦਾ ਦਾ ਸ਼ਾਮ ਵਿੱਚ ਆਇਆ ਇਸ ਡਿੱਠਾ ਇਸ ਨੂੰ ਸ਼ਾਮ ਦੀਆਂ ਦੀਵਾਰਾਂ ਤੇ ਖੂਨ ਦੇ ਛੱਟੇ ਨਜ਼ਰ ਆਏ ਬਿਸਮਿਲਾ ਮਾਂ ਤਰਾਏ ਘੰਟੇ ਧੀ ਕਈ ਘੰਟੇ ਬਿਸਮਿਲਾ ਕਰ ਸੈਨ ਰਾਜੀ ਹੋ ਭਾਈ ਜਾਨ ਯਮਨ ਦਾ ਇੱਕ ਤਾਜਰ ਸੈਯਦਾ ਦਾ ਸ਼ਾਮ ਵਿੱਚ ਆਇਆ ਇਸ ਡਿੱਠਾ ਇਸ ਨੂੰ ਸ਼ਾਮ ਦੀਆਂ ਦੀਵਾਰਾਂ ਤੇ ਖੂਨ ਦੇ ਛੱਟੇ ਨਜ਼ਰ ਆਏ ਇੱਕ ਕਸਾਈ ਦੁਕਾਨਦਾਰ ਦੀ ਦੁਕਾਨ ਤੇ ਆਇਆ ਯਮਨ ਦਾ ਤਾਜਰ ਦੇਖ ਕੇ ਆਂਦਾ ਯਾਰ ਸ਼ਾਮ ਦੇ ਲੋਕ ਤਹਿਜ਼ੀਬ ਤੋਂ ਵਾਕਿਫ ਨਹੀਂ ਜਾਨਵਰ ਛੱਤਾਂ ਤੇ ਜ਼ਿਬਾ ਕਰਦੇ ਨੇ ਜਾਂਦਾ ਪੱਥਰ ਦਾ ਜਿਗਰ ਉਹ ਹਾਏ ਨਾ ਕਰ ਸੀ ਉਸ ਵੇਲੇ ਦੁਕਾਨਦਾਰ ਉਹਨਾਂ ਤੇ ਰੋ ਕੇ ਆਂਦਾ ਨਾ ਰੋਵਾ ਇਹ ਜਾਨਵਰਾਂ ਦਾ ਖੂਨ ਨਹੀਂ ਇੱਥੋਂ ਸ਼ਬੀਰ ਦੀਆਂ ਭੈਣਾਂ ਦਾ ਗੁਜ਼ਰ ਹੋਵੇ ਵਾਹ ਭਾਈ ਵਾਹ ਤੇਰੇ ਮਜ਼ਹਬ ਵਿੱਚ ਰੋਵਣਾ ਜਾਇਜ਼ ਸਹਿਣ ਤੇਰੀ ਜ਼ਿੰਦਗੀ ਕਰੇ ਬਿਸਮਿਲਲਾ ਹਰ ਬੰਦਾ ਪੁਰਸਾ ਦੇਵੇ ਪਾਕ ਮੁਸਤਫਾ ਦੀ ਧੀ ਨੂੰ ਮਾਲਿਕ ਦੀ ਕਸਮ ਹੈ ਬੜਾ ਬਹੁਤ ਜ਼ਿਆਦਾ ਰੁਨੀ ਪਾਕ ਮੁਸਤਫਾ ਦੀ ਧੀ ਬੜੇ ਔਖੇ ਸਫ਼ਰ ਕੀਤੇ ਬਾਦਸ਼ਾਹ ਅਲੀ ਦੀ ਧੀ ਅਲੀ ਬਾਦਸ਼ਾਹ ਦਾ ਆਖਰੀ ਟਾਈਮ ਧੀਆਂ ਨੂੰ ਵੀ ਬੁਲਾਇਆ ਪੁੱਤਰਾਂ ਨੂੰ ਵੀ ਬੁਲਾਇਆ ਪੱਟੀ ਬੱਤੀ ਹੋਈ ਅਲੀ ਬਾਦਸ਼ਾਹ ਰੋ ਕੇ ਫਰਮਾਉਂਦੇ ਮੇਰੀਆਂ ਧੀਆਂ ਮੇਰੇ ਪੁੱਤਰੋ ਸਾਰੇ ਆ ਗਏ ਹੋ ਜੀ ਬਾਬਾ ਸਾਰੇ ਆ ਗਏ ਅਲੀ ਰੋ ਕੇ ਫਰਮਾਉਂਦੇ ਬਾਕੀ ਉੱਠੀ ਵੰਜੋ ਉਹ ਬੈਠੇ ਰਹਿਣ ਜਿਨ੍ਹਾਂ ਦੀ ਮਾਂ ਬਤੂ ਨੇ ਕੁਰਬਾਨ ਜਾਵਾਂ ਕੁਰਬਾਨ ਜਾਵਾਂ ਭਾਈ ਜਾਨ ਸੱਜੇ ਧੀਆਂ ਖੱਬੇ ਪੁੱਤਰ ਖਲੋ ਗਏ ਜੀ ਬਾਬਾ ਅਲੀ ਬਾਦਸ਼ਾਹ ਰੋ ਕੇ ਫਰਮੇ ਦਿਨ ਸਜਦਾ ਕੌਣ ਕਰ ਸੀ ਹੁਸੈਨ ਅੱਗੇ ਆ ਕੇ ਆਂਦਾ ਅੱਖ ਬੰਦ ਨਾ ਕਰ ਮੈਂ ਜਿਹੜਾ ਔਖਾ ਹੋ ਸਾਂ ਸਜਦਾ ਮੈਂ ਹੁਸੈਨ ਕਰ ਸਾਂ ਅਲੀ ਰੋ ਕੇ ਫਰਮੇ ਦਿਨ ਤੇ ਖੁਤਬੇ ਕੌਣ ਪੜ ਸੀ ਜਿਹੜਾ ਖੁਤਬੇ ਦਾ ਨਾਮ ਆਇਆ ਉਸ ਵੇਲੇ ਧੀ ਅੱਗੇ ਆਈ ਭਾਈ ਜਾਨ ਚਿਹਰੇ ਤੋਂ ਨਕਾਬ ਹਟਾ ਕੇ ਦੀ ਅੱਖ ਬੰਦ ਨਾ ਕਰ ਖੁਤਬੇ ਮੈਂ ਜ਼ੈਨਬ ਪੜ ਸਕਾਂ ਬਿਸਮਿਲਲਾ ਕਰ ਬਿਸਮਿਲਲਾ ਮੈਂ ਜਿੰਦੀ ਔਖੀ ਹੋ ਸਨ ਬਾਬਾ ਮੈਂ ਵਾਅਦਾ ਕਰੇ ਲਈ ਖੁਤਬੇ ਮੈਂ ਜ਼ੈਨਬ ਸਲਾਮੁੱਲਾਹ ਅਲੈਹਾ ਪੜ ਸਕਾਂ ਬੜਾ ਅਦਬ ਵਿੱਚ ਪੜਨ ਵਾਲਾ ਇਨਸਾਨ ਆ ਮਾਲਿਕ ਦੀ ਕਸਮ ਮੇਰੇ ਕੋਲ ਜਿਤਨੇ ਬੈਠੇ ਹੋ ਇਹ ਪਾਕ ਬੀਬੀ ਦੀ ਮੋਹਰ ਵਾਲੇ ਮੋਹਰ ਪੂਰੇ ਮੁਲਕ ਵਿੱਚ ਪੂਰੇ ਪਾਕਿਸਤਾਨ ਪੂਰੇ ਪੰਜਾਬ ਵਿੱਚ ਪੜਦੇ ਰੋਂਦਾ ਹੋਵੇ ਜਿਸ ਦਾ ਕੋਈ ਨੁਕਸਾਨ ਹੋਵੇ ਤੂੰ ਤੇ ਮੈਂ ਰੋ ਰੋ ਕੇ ਥੱਕ ਜਾਂਦੇ ਕਦੇ ਪੁੱਛੇ ਹੀ ਘਰ ਵਿੱਚ ਬਹਿ ਕੇ ਸੋਚ ਕੇ ਆਪਣੇ ਜ਼ਮੀਰ ਕੋਲੋਂ ਔਖਾ ਵਕਤ ਆ ਤੇ ਕਿਆਮਤ ਦਾ ਮੰਜ਼ਰ ਆ ਸਜਾਦ ਦੀ ਭੈਣ ਜਿੱਥੇ ਬਣਦੀ ਆਈ ਰੋ ਕੇ ਆਉਂਦੀ ਸਜਾਦ ਮੈਂ ਥੱਕ ਗਈ ਹਾਂ ਸਜਾਦ ਸਿਰਫ ਪਾਣੀ ਨਹੀਂ ਰੋਂਦਾ ਸਜਾਦ ਰਤ ਰੋਂਦਾ ਰਿਹਾ ਤੇ ਆਖਰੀ ਟਾਈਮ ਬਾਦਸ਼ਾਹ ਦੀ ਦੁਨੀਆ ਤੋਂ ਟੁਰ ਗਏ ਮੇਰੀ ਸੈਣ ਦੇ ਕੋਲ ਕੁਛ ਔਰਤਾਂ ਕੁਰਾਨ ਪੜ੍ਹਦੀਆਂ ਕੁਛ ਕਨੀਜ਼ਾਂ ਬੀਬੀ ਦੀਆਂ ਬੀਬੀ ਕੋਲ ਕੁਰਾਨ ਪੜ੍ਹਦੀਆਂ ਇੱਕ ਮੇਰੀ ਸੈਣ ਦੀ ਨੁਕਰਾਣੀ ਹੈ ਜਿਸ ਦਾ ਨਾਮ ਹੈ ਨਵਾਰ ਜ਼ਾਕਰੀਨ ਇਸ ਦਾ ਨਾਮ ਸਾਲ ਵੀ ਅੱਜ ਪੜ੍ਹਦੇ ਲੇਕਿਨ ਮੇਰੀ ਨਜ਼ਰ ਵਿੱਚ ਇਸ ਦਾ ਨਾਮ ਨਵਾਰ ਗੁਜ਼ਰਿਆ ਇਹ ਮੇਰੀ ਸੈਣ ਦੇ ਕੋਲ ਆਈ ਕਦਮ ਤੇ ਹੱਥ ਲਾ ਕੇ ਦੀ ਸੈਣ ਇਹ ਸੱਚੇ ਕੱਲ ਤੁਸਾਂ ਕੂਫਾ ਛੋੜ ਦੇ
ਕਰਮੰਦ ਬੀਬੀਆਂ ਦੀ ਸੱਚੇ ਵੱਤ ਕਨਕ ਉਫਿਆ ਸੋ ਬੀਬੀ ਰੋ ਕਹਿੰਦੀ ਨਵਾਰ ਬੇਟਾ ਤਕਦੀਰ ਤੋਂ ਪਤਾ ਕੋਈ ਨਹੀਂ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾ ਅਲੀ ਜੁਨ ਵਲੀਉੱਲਾ ਇਹ ਨਵਾਰ ਦੇ ਜ਼ਬਾਨ ਦੇ ਜੁਮਲੇ ਨਾਲ ਜਦੋਂ ਪਾਕ ਬੀਬੀ ਦੇ ਸਾਹਮਣੇ ਕੁਰਾਨ ਆਉਂਦਾ ਤੇ ਕੁਰਾਨ ਮੇਰੀ ਸੈਣ ਦੇ ਸਾਹਮਣੇ ਬੁਲੰਦ ਹੁੰਦਾ ਤੇ ਬੀਬੀ ਦਾ ਤਵਾਫ ਕਰਦਾ ਬੀਬੀ ਅਗਰ ਤਕਦੀਰ ਦਾ ਪਤਾ ਨਹੀਂ ਨਵਾਰ ਬੇਟਾ ਹੋ ਸਕਦਾ ਮੈਂ ਤੇਰੇ ਕੂਫ ਜਾਵਾਂ ਸੈਣ ਤੇ ਇਸ ਕਲੀਜ਼ ਦੇ ਦਰਵਾਜ਼ੇ ਤੇ ਆਸੋ ਮੇਰੀ ਹਸਰਤ ਹੈ ਬੀਬੀ ਚੁੱਪ ਕਰ ਗਈ ਥੋੜੀ ਦੇਰ ਬਾਅਦ ਬੋਲ ਕੇ ਆਦੀ ਬੀਬੀ ਇੱਕ ਹੋਰ ਗੱਲ ਪੁੱਛਾਂ ਰਾਤ ਦੇ ਕਿਹੜੇ ਟਾਈਮ ਆਸੋ ਕੁਛ ਲੋਕਾਂ ਦੇ ਜ਼ਿਹਨਾਂ ਤੋਂ ਜੁਮਲਾ ਗੁਜ਼ਰ ਗਿਆ ਬੀਬੀ ਰਾਤ ਦੇ ਤੁਸੀਂ ਦਿਨ ਦਾ ਸਫ਼ਰ ਤਾਂ ਕਰਦੇ ਨਹੀਂ ਰਾਤ ਦੇ ਕਿਹੜੇ ਟਾਈਮ ਆਸੋ ਉਹ ਮੈਂ ਕਾਇਨਾਤ ਕੁਰਬਾਨ ਕਰ ਦੇਵਾਂ ਅਲੀ ਦੀ ਧੀ ਦੀਆਂ ਅੱਖਾਂ ਵਸ ਪਈਆਂ ਬੀਬੀ ਰੋ ਕਹਿੰਦੀ ਨਵਾਰ ਕਹਿ ਆਖੇ ਜੋ ਮੈਂ ਅੱਧ ਰਾਤ ਦੇ ਗੁਜ਼ਰਨਾ ਚਿੱਟੇ ਦੀ ਪਲਵਾਇਆ ਵਿੱਚ ਗੁਜ਼ਰ ਸਾਂ ਹੋ ਸਕਦਾ ਤੂੰ ਵਸਦੀ ਹੋਵੇ ਮੈਂ ਉਜੜ ਜਾਵਾਂ ਇਹ ਰੋਂਦੀ ਬਾਬਾ ਜਾਨ ਟੁੱਟੀ ਹੈ ਦਰਵਾਜ਼ੇ ਤੇ ਹਸਨ ਬਾਦਸ਼ਾਹ ਮਿਲੇ ਫਰਮਾਇਆ ਨਵਾਰ ਬੇਟਾ ਜੋ ਤੇਰੇ ਦਿਲ ਦੀ ਹਸਰਤ ਹੈ ਅਗਰ ਹਾਸ਼ਮੀਆਂ ਜਵਾਨਾਂ ਵਿੱਚੋਂ ਕੋਈ ਨਿਭਾ ਸਕਦਾ ਹੈ ਤਾਂ ਫਕਤ ਮੇਰਾ ਛੋਟਾ ਵੀਰ ਹੁਸੈਨ ਇਹ ਤੇਰੀ ਹਸਰਤ ਪੂਰੀ ਕਰ ਸਕਦਾ ਰਾਤ ਚਲੀ ਗਈ ਦੂਜੀ ਰਾਤ ਆਈਏ ਤਹੱਜਦ ਦਾ ਟਾਈਮ ਆ ਮਹਮਲਤ ਸਵਾਰ ਅਲੀ ਬਾਦਸ਼ਾਹ ਦੀਆਂ ਧੀਆਂ ਘੋੜਿਆਂ ਤੇ ਸਵਾਰ ਅਲੀ ਬਾਦਸ਼ਾਹ ਦੇ ਪੁੱਤਰ ਹੋਰ ਕਹਿ ਜਵਾਨ ਦੇ ਕੋਲ ਨਹੀਂ ਆਈ ਉੱਥੇ ਆਈਏ ਜਿੱਥੇ ਹੁਸੈਨ ਬਾਦਸ਼ਾਹ ਦਾ ਘੋੜਾ ਹੈ ਹੱਥ ਬਣ ਕੇ ਸਾਰੀ ਗੱਲ ਇਸ ਪਾਕ ਬੀਬੀ ਵਾਲੇ ਵੀ ਦੱਸੀ ਆਪਣੇ ਦਿਲ ਦੀਆਂ ਗੱਲਾਂ ਵੀ ਕੀਤੀਆਂ ਕਿ ਬਾਦਸ਼ਾਹ ਮੇਰੀ ਹਸਰਤ ਆਈ ਕਿ ਮੇਰੇ ਘਰ ਜਦੋਂ ਦੁਬਾਰਾ ਕੂਫੇ ਆਓ ਕਦਮ ਲਾਓ ਤੇ ਬਾਦਸ਼ਾਹ ਹਸਨ ਫਰਮਾਇਆ ਮੇਰਾ ਛੋਟਾ ਵੀਰ ਹੁਸੈਨ ਨਿਭਾ ਸਕਦਾ ਹੈ ਮਾਲਿਕ ਦੀ ਕਸਮ ਓ ਸੈਯਦ ਹੁਸੈਨ ਵਾਲੇ ਨੌ ਨੌ ਵਾਰ ਡਿੱਟੇ ਹੁਸੈਨ ਭੈਣ ਦੇ ਮਹਮਲ ਵਾਲੇ ਪਾਸੇ ਬਿਸਮਿਲ੍ਲਾ 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 ਕਈ ਕਈ ਵਾਰ ਡਿੱਟੇ ਹੁਸੈਨ ਬਾਦਸ਼ਾਹ ਨਵਾਰ ਦੇ ਸਾਰਲੇ ਪਾਸੇ ਹੁਸੈਨ ਰੋ ਕੇ ਫਰਮੇਦ ਨਵਾਰ ਬੇਟਾ ਮੈਂ ਹੁਸੈਨ ਦਾ ਵਾਦਾ ਹੋਇਆ ਮੈਂ ਹੁਸੈਨ ਜੇਡਾ ਔਖਾ ਹੋ ਸਾ ਦਾ ਮੁਹਰਮ ਦੀ ਡਿਗਰ ਤੋਂ ਬਾਅਦ ਮੈਂ ਤੇਰੇ ਘਰ ਆ ਸਾਰੀ ਰਾਤ ਤੇਰੇ ਘਰ ਤੇਰਾ ਮਹਿਮਾਨ ਰੱਖਾਂ ਨਵਾਰ ਮੈਂ ਕੋ ਪਹਿਚਾਣ ਦਵੇ ਬਿਸਮਿਲ੍ਲਾ ਬਿਸਮਿਲ੍ਲਾ ਪੱਥਰ ਦੇ ਇੰਤਜ਼ਾਮ ਨਹੀਂ ਬਸ ਮੈਂ ਵਹਿਣ ਦੇ ਕਰੀਬ ਆ ਗਿਆ ਇਜਾਜ਼ਤ ਲਵਾਂ ਜਿਤਨਾ ਟਾਈਮ ਆ ਸੈਯਦ ਹੁਸੈਨ ਵਾਲੇ ਤਕਦੀਰ ਦਾ ਵਕਤ ਬਦਲ ਗਿਆ ਇਸ ਦੀ ਸ਼ਾਦੀ ਇਸ ਮਲੂਨ ਖੋਲੀ ਨਾਲ ਹੋ ਇਹ ਦੁਸ਼ਮਣ ਵਾਲੇ ਮੁਹੰਮਦ ਦਾ ਬਹੁਤ ਬੜਾ ਮੇਰੀ ਸੈਨ 28 ਰਜਬ ਮਦੀਨਾ ਛੋੜਿਆ ਦੋਨ ਬੀਬੀ ਕਰਬਲਾ ਆ ਗਈ ਇਸ ਦੇ ਬਦਨ ਤੇ ਵਰਦੀ ਆਈ ਖੋਲੀ ਮਲੂਨ ਤੇ ਸਿਪਾਹੀ ਇਸ ਦੇ ਨਾਲ ਇਸ ਦੇ ਬਦਨ ਤੇ ਵਰਦੀ ਆਪਣੇ ਘਰ ਚ ਆਈ ਇਹ ਨਵਾਰ ਬੜੀ ਮੋਮਨਾ ਹੋਈ ਦੇਖ ਕਹਿੰਦੀ ਕਿੱਥੇ ਬਹਿੰਦਾ ਪਿਆ ਇੱਕ ਰਖਤ ਲਹਿਜੇ ਚ ਬੋਲ ਕੇ ਆਉਂਦਾ ਕਰਬਲਾ ਜਿਤਨੇ ਸੈਯਦ ਬੈਠੇ ਹੋ ਮੈਨੂੰ ਮਾਫੀ ਦਿਵਾ ਦੇਖ ਕਹਿੰਦੀ ਖੈਰ ਤੇ ਆਈ ਆਂਦੀ ਸਾਡਾ ਕਰਬਲਾ ਦੇ ਵਿੱਚ ਖੈਰ ਤੇ ਹੀ ਜੋ ਵਹਿੰਦਾ ਪਿਆ ਇਹ ਕਮੀਨਾ ਮੁਸਕੁਰਾ ਕੇ ਆਉਂਦਾ ਹੈ ਕਰਬਲਾ ਚ ਸਾਡੀ ਬਾਗੀ ਨਾਲ ਜੰਗੇ ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਕਰਾਂ ਉਹ ਸੈਣ ਤੇਰੇ ਤੇ ਰਾਜ਼ੀ ਹੋਵੇ ਮੋਹਰ ਲੱਗੀ ਹੁੰਦੀ ਮਾਲਿਕ ਦੀ ਕਸਮ ਹੰਜ ਤੇ ਜਿਹੜੀ ਸੈਣ ਦੀ ਚਾਦਰ ਚ ਬਾਹਰ ਆਉਂਦੀ ਇਸ ਇਲਾਕੇ ਵਾਲੇ ਉਹ ਹੱਥ ਬੰਨ ਕੇ ਆਉਂਦੀ ਮੈਂ ਤੇਰੇ ਕੋਲੋਂ ਮੰਗਿਆ ਕੁਝ ਨਹੀਂ ਜਿਦਣ ਦੀ ਸ਼ਾਦੀ ਹੋਈ ਹੈ ਇੱਕ ਸ਼ਾਇਦ ਮੰਗਣਾ ਚਾਹੁੰਦੀ ਹਾਂ ਆਂਦਾ ਮੰਗ ਨਵਾਰ ਦੇਖ ਕੇ ਆਉਂਦੀ ਹੈ ਦਾ ਮੁਹਰਮ ਦੀ ਡਿਗਰ ਤੋਂ ਪਹਿਲੇ ਵਾਲਾਂ ਮੈਂ ਅਕਬਰ ਦੇ ਬਾਬੇ ਦਾ ਗੁਜ਼ਰ ਹੋਣਾ ਹੈ ਸਾਡੇ ਇਸ ਕੂਫੇ ਵਿੱਚੋਂ ਵਾਦਾ ਕੀਤਾ ਹੈ ਹਸਨ ਅਮੀਰ ਦੇ ਅਮੀਰ ਬਿਨਾ ਮੁਰਸ਼ਦਜ਼ਾਦੀ ਉਹਨੂੰ ਬਾਜ਼ਾਰ ਵਿੱਚ ਖੜਨਾ ਨਾ ਤੇ ਮੈਂ ਦਰਵਾਜ਼ੇ ਚ ਖੋ ਕੇ ਬੀਬੀ ਦਾ ਇੰਤਜ਼ਾਰ ਕਰਸਾਂ ਹੁਸੈਨ ਬਾਦਸ਼ਾਹ ਦਾ ਇੰਤਜ਼ਾਰ ਕਰਸਾਂ ਤੂੰ ਜਲਦੀ ਜਿਤਨਾ ਹੋ ਸਕੇ ਵਾਪਸ ਵੱਲਾ ਮੈਂ ਦਾ ਮੁਹਰਮ ਮਾਲਿਕ ਦੀ ਕਸਮ
قیامت برپا ہو گئی. ظلم ہویا نا کربلا دے میدان وچ. نوار دروازے تے آئی حسین دے مہمان کس کے حسین دے بچڑے مارے بس بین کرنا ہے تو میں تیرے کو دعا لینا. ڈامی دڑی چڑھائے سید حسین علیہ مالک دی قسمے نوار دروازے تے آئیے منہ مدینے والے پاسے کر کے اکل مار کے آدھی کہڑے ویلے آسے بسم اللہ بسم اللہ بسم اللہ. بڑے درد کلیے جدی ماں دا جنازہ ہاتھ رات لے اٹھیا. بسم اللہ سید حسین علیہ مالک دی قسم لٹ لو برقع ایک کمینے میٹ کا کرن دے پیا جرنیل اکٹھے ہو گیا دن کوئی ہووے جڑا حسین دا سر کوفے پہنچے بابا جان نویں تے مجلساں مک ویندیاں نے کھولی اگے آئے آندا میں لے ویندا حسین دا سر میں کو پیو میں کہن ویندا مالک گوائے نوکر نواندا گھوڑا لیا نوکر گھوڑا لے آیا اس گھوڑے تے زین ٹھائیے بھائی جان گھوڑے تے زین نال اک توبرا ہوندا جس نو زمین سڑیندے آن جدن لوگ گھوڑے دی سواری کرنا اس جات گھوڑے دا دانا رکھدے آن مینو معافی دیوائے اس مارا جل مار دے موتی دا سر چایا ہے قربان جاواں. بسم اللہ بسم اللہ بسم اللہ نا مناسب مقام تے رکھیا ہے میں کیویں بڑا کیویں لکاوا جڑا جبریل دے پراں تے سمدا اوکھے سفر کریندا آیا ہے گھوڑا بجائی آیا ہے دے ہاتھ چ چھڑی آئی جڑی حسین دے رخساراں تے ماردا کیویں پڑا کیویں لکاوا گھوڑا بجائی آیا دل چ خیال آیا مومنا متا حسین بادشاہ دا سر ڈے کے مر نہ جائے گھوڑے تو لتھا ہے حسین بادشاہ دا بابا جان سر چایا ہے سر انج نہیں چایا انج چایا ہے سر تھلے آئی دروازے تے آیا تکل باب کیتا ہے اندروں بجدی آئیے آندی ہے شاید کوئی اکبر دے بابے نوکر ٹوریا ہوئے. قربان جاواں. بسم اللہ بسم اللہ اللہ گواہ دے کیا دیے کون آندا کھولی آندی ہے ڈل لائیے آج اکبر دے بابے آونا اے کمینا دل چاندا نوار آتا گیا ہے تیرے پہچانن دے قابل نہیں معافی دیوائے جوانا اس کمینے حسین بادشاہ دا سارے سنداد نال کنڈ پیچھے کیتا ہے اندر داخل ہویا ہے کل مار کے آدھی ڈھیل لائی کمینا دے باغی نال جنگ آئی آدھی کتنی فوج آئی آدھے اندھی بہت رہی ساڑی نو لکھ آئی چار قدم پیچھے اٹ کے آدھی نو لکھ تے بہتر دا جوڑ کوئی نہیں کمینا دے سچ پیا دا اندھی فوج دا جرنیلا جندی لکھاں تے تاک نہیں پھوندی آئی. بسم اللہ بسم اللہ بسم اللہ او ماریا گیا یا دی کیویں مارا گیا اے اندھوں نوں بھین پھرا دی چپ کھا گئی اے اللہ گواہ کمینا گھر چ داخل ہویا نوار کمرے چ داخل ہو گئی اے اس ڈٹھا اے گھر دے جواں کونے اچ نگاہ ماری اے معافی دیوائے سجدا مالک گواہ حسین دا سر لئی آیا اے گھر دے جواں کونے اچ ویندا آیا اے دل چاندا لکاوا کتھے نوار ویکھے مار سیا اللہ گواہ اس نو گھر دے کونے شتندور نظر آیا اے سر لئی آیا اے حسین بادشاہ دا سارا اللہ گواہ تندور تو تھا لٹایا اے حسین دا سارا رکھیا نہیں اس چھوڑ دیتا اے. بسم اللہ بسم اللہ بسم اللہ بسم اللہ بسم اللہ خریدو اللہ گواہ حسین بادشاہ دا سارا تندور دے حوالے
सारी रात अकबर दे बाबे दा सर तंदूर चरिया है, नवारा दिए फजर दा टाइम होया है, मैं तंदूर दे करीब आया, मैं डिटा एक नूर दी किरा नहीं जड़ी तंदूर तो बाहर फै निकल दी आई है, आंदी ए मैं मर गई है, एक बीबी आई जंदा दोवे हाथ पासे ते आना, अल्लाह गवाए जड़ी मातम पै कर दी आई है, नवारा दिए जड़ी सज्जा हाथ तंदूर ले खींची खड़ी आई है, अक्कल मार गया दी आई मां सदाक जी 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 सैन राजी होवे अब बिस्मिल्लाह नो बड़ा ले लोगो अक्कल मार के आंदी आंख खोल मां मिले नहीं आई अल्लाह गवाए नवार गश खा गई है थोड़ी देर बाद नवार आंदी है मैं तंदूर चो सर जाया है मैं थाते सर रखे आए है मैं वाला तो दूर छिड़की है मैं क्या कौन जंदी मां दा नाम जहरा ओ कौन जंदे वीर दा नाम अब्बास जनाब लंगरे हुसैनी के लिए वक्फा किया जा रहा है लंगरे हुसैनी के फौरन बाद आप हजरात भंडार में तशरीफ लेंगे ज़ाकिर अली बैत आगा दिलावर अब्बास अज़र अब्बास नियर साहब और दीगर पढ़ने वाले तमाम हजरात तशरीफ ला चुके हैं लंगर के फौरन बाद मजलिस अदा शुरू होगी बड़े मेहरबानी लंगर के फौरन बाद भंडार में तशरीफ ले आइएगा।